ਆ ਬਾਈ ਦੀ ਵੀ ਗੱਲ ਸੁਣਨ ਵਾਲੀ ਆ ਕਹਿੰਦਾ ਮੈਂ ਇੱਥੇ 15 ਦਿਨ ਲੱਗਿਆ ਫਿਰ ਮੈਂ ਘਰੇ ਜਾਵੜਿਆ ਕਹਿੰਦਾ ਮੇਰਾ ਜੀ ਨਹੀਂ ਲੱਗਿਆ ਘਰੇ ਇਹ ਬਾਈ ਫੇਰ ਆ ਗਿਆ ਇੱਥੇ ਘਰੇ ਜੀ ਕਿਉਂ ਨਹੀਂ ਲੱਗਿਆ ਰੋਟੀ ਹੀ ਸਵਾਲਾ ਦੀ ਘਰੇ ਸਾਡੀ ਭਾਬੀ ਨੇ ਵੀ ਸੁਣਨੀ ਆ ਹਾਂ ਜੀ ਉਹ ਮੈਂ ਸਤਾ ਹੀ ਸਿੱਖਣੀ ਆਂ ਜੀ ਮੈਂ ਕਈ ਰਜਾਜੂਵੜ ਦੀ ਸੌਖਾ ਜੰਨ ਨੇ ਤੇ ਜਿਵੇਂ ਆਏ ਆ ਬਣਾ ਲੈ ਕਰਾਂਗੇ ਜਿਹੜਾ ਫੁਲਕਾ ਉਹ ਵੀ ਗੋਲ ਕਰਨਾ ਸਿੱਖ ਗਿਆ ਹਾਂ ਹਾਂਜੀ ਸਬਜੀ ਵਗੈਰਾ ਫਰਾਈ ਕਰ ਸਕ ਗਿਆ ਹਾਂ ਹਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਲੈਲੇ ਮਾਫ ਸ ਹੈ ਇਹ ਫੁੱਫੜ ਵੀਰਿਆ ਖੜਾ મોદી ਦਾ ਇਹ ਤਾਂ ਸਾਨੂੰ ਬੜਾ ਫਿਕਰਾ ਇਹ ਤਾਂ ਮੈਂ ਤਾਂ ਜਾਣਦਾ ਨਹੀਂ ਹੁੰਦਾ ਜੱਟ ਬਾਬੇ ਦੇ 6:00 ਵਜੇ ਸੀ ਐਂਬੂਲੈਂਸ ਤੇ ਕਹਿੰਦੇ ਵੀ ਤੂੰ ਜਾਵੜਾ ਪਰ ਬਾਬਾ ਕਹਿੰਦਾ ਵੀ ਮੈਂ ਜਿੰਨਾਦਰ ਮੋਰਚਾ ਫਤੇ ਨਹੀਂ ਹੁੰਦਾ ਮੈਂ ਇੱਥੇ ਬੈਠਾ ਜਿੰਨਾੜਾ ਮਰਜੀ ਲੱਗ ਜਾਏ ਹਾਂ ਜੀ ਜਿੰਨਾ ਬੜਾ ਠੀਂ ਮੈਨੇ ਲੱਗ ਜਾਣ ਤੇ ਜਵਾਕ ਭੁੱਲ ਗਏ ਜਵਾਕ ਭੁੱਲ ਜਾਣ ਸਕਦੀ ਅਸੀਂ ਮੋਰਚਾ ਫਤੇ ਕਰਾ ਕੇ ਜਾਣ ਅਸੀਂ ਹਿੰਦੂ ਆ ਜੀ ਹਾਂ ਪਹਿਲਾਂ ਸਾਡੇ ਕੋਲ ਹੀ ਮਾਰ ਅਸੀਂ ਤਿਆਰ ਸਤਿ ਸ਼੍ਰੀ ਅਕਾਲ ਜੀ ਮੈਂ ਨਵਰੀ ਸਵੀਆ ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਆ ਇੰਟਰਵਿਊ ਪੂਰੀ ਦੇਖ ਲਿਓ ਜੇ ਦੇਖਣੀ ਸ਼ੁਰੂ ਕਰ ਲਈ ਆ ਮੈਂ ਕਦੇ ਨਹੀਂ ਕਿਹਾ ਅੱਜ ਤੱਕ ਕਿਸੇ ਇੰਟਰਵਿਊ ਚ ਪਰ ਜੇ ਪੰਜਾਬ ਨੂੰ ਸਮਝਣਾ ਨਾ ਫਿਰ ਇਹਨੂੰ ਪੂਰੀ ਦੇਖਿਓ ਪੰਜਾਬ ਵੱਖਰੀ ਕਿਸਮ ਦੀ ਜ਼ਮੀਨ ਆ ਉੱਥੇ ਲੋਕ ਜਿਹੜੇ ਰਹਿੰਦੇ ਆ ਖਾਸ ਤੌਰ ਤੇ ਸਾਡੇ ਮਾਲਵੇ ਚ ਤਾਂ ਉਹ ਬਾਲੀ ਆਡਾ ਬਾਈ ਸਾਡੇ ਪਿੰਡਾਂ ਦੇ ਵਿੱਚ ਇੱਕ ਕਨਸੈਪਟ ਆ ਜੱਟ ਬਾਹਮਣ ਦਾ ਅੱਜ ਉਹਦੀ ਉਦਾਹਰਨ ਤੁਹਾਨੂੰ ਦਿਖਾਉਣੀ ਆ ਪਿੰਡ ਦਾ ਨਾਂ ਬਾਹਮਣ ਆਲਾ ਜ਼ਿਲ੍ਹਾ ਪੈਂਦਾ ਮੁਕਤਸਰ ਤੇ ਨਾਲ ਜਿਹੜਾ ਦੂਜਾ ਪਿੰਡ ਆ ਜਿਹਦਾ ਇੱਥੇ ਆਹ ਬੋਰਡ ਲਾਈ ਬੈਠਿਆ ਇਹ ਹੈਗਾ ਸੂਰੇ ਆਲਾ ਬਲਾਕ ਦੋਦਾ ਸੋ ਦੋਨੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਇੱਥੇ ਟਰਾਲੀਆਂ ਲਾਈਆਂ ਹੋਈਆਂ ਮੈਂ ਕੁਝ ਕਿ ਜਾਣਕਾਰੀ ਪਹਿਲਾਂ ਹੀ ਦੇ ਦਾਂ ਥੋੜਾ ਲੰਬਾ ਲੱਗੂਗਾ ਬਾਹਮਣ ਵਾਲਾ ਪਿੰਡ ਦੇ ਵਿੱਚ ਸਿਰਫ ਇੱਕ ਜੱਟਾਂ ਦਾ ਘਰ ਆ ਉਹ ਬਾਈ ਆ ਖੜਾ ਇਹਨੂੰ ਮੈਂ ਪਹਿਲਾਂ ਹੀ ਦਿਖਾ ਦੇਣਾ ਤੁਹਾਨੂੰ ਆਹ ਬਾਈ ਹੈਗਾ ਬਾਕੀ ਸਾਰੇ ਘਰ ਆ ਜਿਹੜੇ ਪੰਡਤਾਂ ਦੇ ਆ ਪਰ ਤੁਸੀਂ ਬੋਲੀ ਦੇਖੋਗੇ ਤੁਸੀਂ ਉਹਨਾਂ ਨੂੰ ਦੇਖੋਗੇ ਖੇਤੀਆਂ ਕਰਦੇ ਫਿਰ ਤੁਹਾਨੂੰ ਸਮਝ ਆਉਣਾ ਵੀ ਪੰਜਾਬ ਹੈ ਕੀ ਯਾਰ ਇੱਥੇ ਸਾਹਬ ਕੀ ਚੱਲਦਾ ਸਾਡਾ ਸੋ ਪਹਿਲਾਂ ਦੋ ਪਿੰਡਾਂ ਦੇ ਲੋਕ ਆ ਮੈਂ ਅੱਡ-ਅੱਡ ਕਰਨ ਵਾਸਤੇ ਮੈਨੂੰ ਐਂ ਦੱਸੋ ਵੀ ਬਾਹਮਣ ਵਾਲੇ ਤੋਂ ਕਿਹੜੇ-ਕਿਹੜੇ ਹੋ ਤੁਸੀਂ ਭਾਈ ਆਹ ਬਾਬਾ ਅੱਜ ਤੜਕੀ ਸੱਟ ਖਾਈਏ ਖਾਧੀ ਆਏ ਨੇ ਤੜਕੀ ਖਾਦ ਕੀ ਨਾਮ ਆ ਬਾਬਾ ਮੇਰਾ ਨਾਮ ਜਗਤਰਾਮ ਆ ਜੀ ਜਗਤਰਾਮ ਤੜਕੀ ਸੱਟ ਖਾ ਲਈ ਅੱਜ ਕਿ ਜੀ ਮੈਂ ਬੇਹੋਸ਼ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਲੱਗਿਆ ਮੈਨੂੰ ਐਂ ਐਂਬੂਲੈਂਸ ਤੇ ਲੈ ਕੇ ਬਾਬਾ ਹੌਲੀ ਹੌਲੀ ਬੋਲਦਾ ਕਿਉਂਕਿ 6:00 ਵਜੇ ਆ ਬਾਈ ਯਾਰ ਮੋਬਾਈਲਾਂ ਦੀ ਸੰਗੀ-ਸੁੰਗੀ ਘੁੱਟ ਲਿਆ ਕਰੋ ਤੇ ਮੈਨੂੰ ਲੈ ਕੇ ਐਂਬੂਲੈਂਸ ਤੇ ਚੱਕ ਕੇ ਹਾਂ ਮੈਂ ਮੈਨੂਆ ਦੇ ਪਿੰਡ ਜਾਵੜਾ ਮੈਂ ਨਹੀਂ ਜਾਂਦਾ ਮੈਂ ਜਿੰਨਾ ਮੋਰਚਾ ਪਤਾ ਨਹੀਂ ਹੁੰਦਾ ਉਹਨਾਂ ਕਰ ਮੈਂ ਇੱਥੇ ਰਹੂੰਗਾ ਬਾਬੇ ਦੇ 6:00 ਵਜੇ ਸੀ ਐਂਬੂਲੈਂਸ ਤੇ ਕਹਿੰਦੇ ਵੀ ਤੂੰ ਜਾਵੜਾ ਜੇ ਬਾਜ ਥੋੜੀ ਹੋਵੇ ਤੇ ਕਿਸੇ ਨੂੰ ਘੱਟ ਸਮਝ ਆ ਰਹੀ ਹੋਵੇ ਪਰ ਬਾਬਾ ਕਹਿੰਦਾ ਵੀ ਮੈਂ ਜਿੰਨਾ ਤੇ ਮੋਰਚਾ ਫਤੇ ਨਹੀਂ ਹੁੰਦਾ ਮੈਂ ਇੱਥੇ ਬੈਠਾਂ ਜਿੰਨਾ ਟਾਈਮ ਮਰਜ਼ੀ ਲੱਗ ਜੇ ਹਾਂ ਜੀ ਜਿੰਨਾ ਪਣਾ ਠੀਕ ਹੀ ਮੈਨੇ ਲੱਗ ਜਾਣੀ ਤੇ ਜਵਾਕ ਭੁੱਲ ਗਏ ਜਵਾਕ ਭੁੱਲ ਜਾਣ ਚੱਕਰੀ ਅਸੀਂ ਮੋਰਚਾ ਫਤੇ ਕਰਾ ਕੇ ਜਾਣਾ ਆੰਦੀਆ ਗੱਲ ਸਹੀ ਗੱਲ ਆ ਬਾਬਾ ਮਾਨ ਆ ਯਾਰ ਕੀ ਬਾਤ ਆ ਹੋਰ ਭਾਈ ਪਹਿਲਾਂ ਬਾਮਣ ਵਾਲੇ ਆਜੋ ਮੜ ਕੇ ਸੂਰੇ ਵਾਲਿਆਂ ਨੂੰ ਮੈਂ ਸ਼ੁਰੂ ਕਰ ਲੈਣਾ ਆਜੋ ਭਾਈ ਆਜੋ ਸਾਰਿਆਂ ਨੇ ਹੀ ਕਰਦਾ ਆਜਾ ਯਾਰ ਤੂੰ ਵੀ ਆਜਾ ਕੀ ਨਾਮ ਆ ਭਾਈ ਮੇਰਾ ਨਾਮ ਅਮਨਪ੍ਰੀਤ ਔਰ ਸੋਨੂ ਸ਼ਰਮਾ ਐ ਸੋਨੂ ਸੋਨੂ ਭਾਈ ਕਿੰਨੇ ਦਿਨ ਹੋ ਗਏ ਸਾਨੂੰ ਮੂੰ ਤਾਂ ਵੀਰੇ 15 20 ਦਿਨ ਹੋ ਗਏ ਪਰ ਮੈਂ ਦੂਜੇ ਜੱਥੇ ਚ ਆਇਆ ਥੋੜਾ ਉੱਚੀ ਬੋਲਾ ਯਾਰ ਤੀਜੇ ਜੱਥੇ ਜਾਇਆ ਮੈਂ ਮੂੰ ਤਾਂ ਹੁਣ ਚਾਰ ਪੰਜ ਦਿਨ ਹੋ ਗਏ ਮੈਨੂੰ ਐ ਨੂੰ ਅੱਛਾ ਖੇਤੀ ਕਰਦੇ ਹੋ ਹਾਂਜੀ ਬਈ ਖੇਤੀ ਪਹਿਲੀ ਵਾਰੀ ਕਰਨ ਲੱਗੇ ਆ ਜੀ ਐਤਕੀ ਪਹਿਲਾਂ ਠੇਕੇ ਪਹਿਲਾਂ ਪੜਦੇ ਸੀ ਇਹ ਅੱਛਾ ਹਾਂਜੀ ਹਾਂ ਪਹਿਲਾਂ ਵਾਂ ਠੇਕੇ ਦੇ ਤੇ ਆ ਪੜਦੇ ਸੀ ਇਹ ਹਾਂ ਹਾਂਜੀ ਐਤਕੀ ਸ਼ੁਰੂ ਕਰੀ ਐਤਕੀ ਜੁੰਡਗਾ ਪਹਿਲੀ ਵਾਰ ਲਾਇਆ ਹੈ ਐਤਕੀ ਪਤਾ ਲੱਗਿਆ ਕੀ ਵੇਗਦੀ ਆ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਇਹ ਚਲੋ ਜੋ ਕੁਝ ਹੋ ਗਿਆ ਪਰ ਇਹ ਹੁਣ ਉਹਨਾਂ ਨੂੰ ਕਾਨੂੰਨ ਰੱਦ ਕਰਨੇ ਪੈਣਗੇ ਜੀ ਮੋਦੀ ਸਰਕਾਰ ਨੂੰ ਇੱਥੇ ਜਵਾਨ ਸਾਡੇ ਬਜ਼ੁਰਗ ਜਵਾਕਾਂ ਜਵਾਕ ਵੀ ਆ ਰਹੇ ਆ ਜੀ ਜਵਾਕ ਵੀ ਬਹੁਤ ਆਇਆ ਇੱਥੇ ਪਿੰਡ 'ਚ ਜਦੋਂ ਬੈਠਦੇ ਆ ਜੀ ਸੱਥਾਂ 'ਚ ਜਵਾਕ ਵੀ ਇਹ ਗੱਲ ਕਰਦੇ ਆ ਵੀ ਇਹ ਗੱਲ ਇਹ ਗੱਲ ਹੁੰਦੀ ਆ ਪਿੰਡ 'ਚ ਬਾਈ ਸੋਨੂੰ ਵੀ ਯਾਰ ਇਹ ਕਾਨੂੰਨ ਜੇ ਐਂ ਚੱਲਦੇ ਰਹੇ ਤੇ ਜਦੋਂ ਜ਼ਮੀਨ ਹੀ ਖੁੱਸ ਗਈ ਬੰਦੇ ਕੋਲੋਂ ਤੇ ਆਪਣੇ ਪੱਲੇ ਹੀ ਨਹੀਂ ਖੁੱਸ ਰਹਿਣਾ ਹਾਂਜੀ ਚੱਲਦੀ ਆ ਇਹ ਬੱਚਿਆਂ ਤੋਂ ਲੈ ਕੇ ਬੜਾਪੇ ਤੱਕ ਹਰੇਕ ਬੰਦਾ ਬੁੜੀ ਇਹ ਗੱਲ ਕਰ ਰਿਹਾ ਜੀ ਤੇ ਹਜੇ ਵੀ ਇਹ ਮੂਰਖ ਬਣਾਈ ਜਾਂਦੇ ਆ ਜੀ ਕਿਸਾਨਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਤੁਹਾਨੂੰ ਸਹੂਲਤਾਂ ਮਿਲਣਗੀਆਂ ਆਏ ਹੋਊਗਾ ਉਹ ਗੱਲਾਂ ਤਾਂ ਹੁਣ ਹੀ ਇੰਨੇ ਕਿਸਾਨ ਬੈਠੇ ਇਹ ਕਹਿੰਦੇ ਆ ਵੀ ਤੁਹਾਡੇ ਫਾਇਦੇ ਲਈ ਕਰੀਏ ਇਹ ਗੱਲ ਇਹ ਐਂ ਕਹਿੰਦੇ ਇਹ ਮੋਦੀ ਸਰਕਾਰ ਆ ਵੀ ਤੁਹਾਡੇ ਫਾਇਦੇ ਲਈ ਕਰੀ ਆ ਇੱਥੇ ਫਿਰ ਅਸੀਂ ਕਿਉਂ ਆ ਕੇ ਬੈਠੇ ਆ ਜੀ ਜੇ ਸਾਨੂੰ ਅਸੀਂ ਫਾਇਦਾ ਹੀ ਲੈਣਾ ਨਹੀਂ ਉਹਨਾਂ ਦਾ ਤੇ ਕਾਨੂੰਨ ਰੱਦ ਕਰ ਦੇਣ ਅਸੀਂ ਖੁਸ਼ ਆ ਜੀ ਬਿਲਕੁਲ ਹਾਂ ਜੀ ਪ੍ਰਵੀਨ ਸ਼ਰਮਾ ਦਾ ਪਿੰਡ ਆ ਭਾਈ ਇਹ ਪੱਤਰਕਾਰ ਪ੍ਰਵੀਨ ਸ਼ਰਮਾ ਦਾ ਮੈਂ ਇਹ ਵੀ ਦੱਸ ਦਿਆਂ ਢੋਡੂ ਇਹ ਵੀ ਮਾਣ ਆ ਵੀ ਪੰਜਾਬੀ ਦਾ ਸਭ ਤੋਂ ਹੋਣਹਾਰ ਜਿਹੜਾ ਮੁੰਡਾ ਪੱਤਰਕਾਰ ਆ ਐਂਕਰ ਆ ਉਹ ਤੁਹਾਡੇ ਪਿੰਡ ਦਾ ਹੈਗਾ ਅੱਛਾ ਹੁਣ ਸਾਰਿਆਂ ਨੇ ਇੱਧਰ ਪ੍ਰਧਾਨ ਜੀ ਵੀ ਖੜੇ ਆ ਬਾਈ ਸੂਰੇ ਵਾਲੇ ਤੋਂ ਆ ਤੇ ਦੋਦਾ ਬਲਾਕ ਆ ਜਿਹੜਾ ਉਹਦੇ ਚ ਇਹ ਪ੍ਰਧਾਨ ਹੋ ਤੁਸੀਂ ਮੀਰ ਮੀਰਤ ਪ੍ਰਧਾਨ ਇੱਕ ਕੀ ਹੁੰਦਾ ਸਤਾ ਪ੍ਰਧਾਨ ਹੀ ਕਹਿਣਾ ਹੁੰਦਾ ਬਾਈ ਪਿੰਡ ਵਾਲਿਆਂ ਨੇ ਠੀਕ ਹੈ ਠੀਕ ਹੈ ਅੱਛਾ ਕਿੰਨੇ ਦਿਨ ਹੋ ਗਏ ਅਸੀਂ ਜੀ ਮੈਂ ਤੀਜੇ ਜਥੇ ਦੇ ਵਿੱਚ ਆਇਆ 10 ਦਿਨ ਮੈਂ ਪਹਿਲਾਂ ਲੱਗਿਆ ਸੀਗਾ ਉਸ ਤੋਂ ਬਾਅਦ ਇੱਕ ਨਵਾਂ ਜਥਾ ਆ ਗਿਆ ਤੇ ਅੱਜ ਫਿਰ ਉਹ ਨੌਜਵਾਨ ਪਿੰਡ ਨੂੰ ਜਾ ਰਹੇ ਆ ਅਸੀਂ 12 ਵਜੇ ਇੱਥੇ ਟ੍ਰੇਨ ਤੋਂ ਆ ਕੇ ਅਸੀਂ ਇੱਥੇ ਮੋਰਚਾ ਫੇਰ ਸੰਭਾਲ ਲਿਆ ਜੀ ਮੋਰਚਾ ਫੇਰ ਸੰਭਾਲ ਲਿਆ ਤੜਕੇ ਪਤਾ ਲੱਗ ਗਿਆ ਬਾਬੇ ਦਾ ਤਾਂ ਐਕਸੀਡੈਂਟ ਹੋ ਗਿਆ ਸੀ ਆਹ ਸਾਨੂੰ ਆਏ ਨੂੰ ਪਤਾ ਲੱਗਿਆ ਜੀ ਜਦੋਂ ਇੱਥੇ ਆਏ ਕੋ ਟਰੈਕਟਰ ਦਾ ਵੀ ਨੁਕਸਾਨ ਹੋ ਗਿਆ ਫਿਰ ਸਾਡੇ ਪ੍ਰਧਾਨ ਜੀ ਆਏ ਉਹਨਾਂ ਨੇ ਇਹਨੂੰ ਵੀ ਸੈਟਿਸਫਾਈ ਕਰਾ ਕੇ ਹਾਂ ਬਾਬਾ ਦਾ ਹੌਸਲਾ ਪੂਰਾ ਕਹਿੰਦਾ ਵੀ ਹੌਸਲਾ ਜੀ ਇਹਨਾਂ ਦਾ ਪੂਰਾ ਹੌਸਲਾ ਜੀ ਇਹਨਾਂ ਦਾ ਪੂਰੇ ਹੌਸਲੇ ਨਾਲ ਬਲੰਦ ਹੌਸਲੇ ਨਾਲ ਖੜੇ ਹੋ ਗਏ ਵਰਗਾ ਸ਼ੁਰਗਾ ਬਣਾ ਲੈਨੇ ਆ ਫਿਰ ਆਥਣੇ ਇੱਥੇ ਕਦੇ ਕਦੇ ਨਹੀਂ ਜੀ ਇਹ ਥੋੜਾ ਜੀ ਸ਼ਰਮਾ ਜੀ ਆ ਸੀ ਥੋੜਾ ਜਿਹਾ ਇਹ ਤੇ ਪ੍ਰੇਜ ਰੱਖੀਦਾ ਜੀ ਫਿਰ ਇਹ ਉਹਨਾਂ ਦੋਸਤਾਂ ਸਬਜ਼ੀ ਬਣਾਉਣੀ ਓਕੇ ਲੋ ਬੋਟੀ ਬੋਟੀ ਨਾ ਪਾਇਓ ਤਰੀ ਤਰੀ ਦੀ ਹੁੰਦਾ ਲਾਲਾਂਗੇ ਜੀ ਜਿਵੇਂ ਵਾਈ ਕਰਨ ਲੱਗ ਗਏ ਓਵੇਂ ਹੀ ਲਾਲਾਂਗੇ ਨਾਲ ਆ ਆ ਬਾਈ ਦੀ ਵੀ ਗੱਲ ਸੁਣਨ ਵਾਲੀ ਆ ਕਨਾ ਮੈਂ ਇੱਥੇ 15 ਦਿਨ ਲਾ ਗਿਆ ਫਿਰ ਮੈਂ ਘਰੇ ਜਾਵੜਿਆ ਇਹਦਾ ਮੇਰਾ ਜੀ ਨਹੀਂ ਲੱਗਿਆ ਘਰੇ ਇਹ ਬਾਈ ਫੇਰ ਆ ਗਿਆ ਇੱਥੇ ਬਾਈ ਸਸੀ ਕੌਰ ਜੀ ਮੇਰਾ ਨਾ ਸਿਮਨਦੀਪ ਸਿੰਘ ਹੈ ਪਿੰਡ ਸੂਰੀ ਵਾਲਾ ਹੀ ਹਾਂ ਘਰੇ ਜੀ ਕਿਉਂ ਨਹੀਂ ਲੱਗਿਆ ਰੋਟੀ ਨਹੀਂ ਸਵਾਲ ਆਦੀ ਘਰੇ ਦਾਲ ਤੜਕੇ ਜਿਹੜੇ ਆਪ ਲਾਈਦੇ ਫਰਾਈ ਕਰਕੇ ਖਾਈਦਾ ਜੀ ਤੇ ਫਿਰ ਚਾਹ ਵਗੈਰਾ ਬਣਾਈਦੀ ਐ ਤੇ ਬਾਕੀ ਜਿਹੜੇ ਇਸ ਨਮਾਹੌਲ ਆ ਬਹੁਤ ਵਧੀਆ ਜੀ ਠੀਕ ਹੈ ਨਹੀਂ ਹੁਣ ਜਾਂਦੇ ਤਾਂ ਨਹੀਂ ਕਿ ਇੱਥੇ ਰਵਾਂਗੇ ਠੀਕ ਹੈ ਸਾਡੀ ਭਾਬੀ ਨੇ ਵੀ ਸੁਣਨੀ ਹੈ ਇੰਟਰਵਿਊ ਜੀ ਉਹ ਮੈਂ ਸਤਾਈ ਸਿੱਖਣੀ ਆ ਜੀ ਮੈਂ ਕਈ ਰਜਾਜੂਵੜ ਦੀ ਸੌਖਾ ਹੈ ਇਹਨਾਂ ਨੇ ਤੇ ਚ ਵੀ ਆਏ ਆ ਬਣਾ ਲੈ ਕਰਾਂਗੇ ਜਿਹੜਾ ਫੁਲਕਾ ਉਹ ਵੀ ਗੋਲ ਕਰਨਾ ਸਿੱਖ ਗਿਆ ਹੈ ਅੱਛਾ ਹਾਂਜੀ ਸਬਜ਼ੀ ਵਗੈਰਾ ਫਰਾਈ ਕਰਨਾ ਸਿੱਖ ਗਿਆ ਹੈ ਆਹੀ ਤਾਂ ਸਭ ਤੋਂ ਵੱਡਾ ਪੰਗਾ ਹੁੰਦਾ ਰੋਟੀ ਗੋਲ ਲੈ ਇਹਨਾਂ ਦੇ ਵੀ ਉਰਗਣ ਸਖਾਏ ਜੀ ਪਹਿਲਾਂ ਵੀ ਉਰਗਕ ਗਿਉਂਦੇ ਸੀ ਇਹ ਇਹਨਾਂ ਦੇ ਕਰਕੇ ਉਹਨਾਂ ਥੱਕ ਚੁੱਕੇ ਹੋਣਾ ਅਸੀਂ ਨੌਜਵਾਨਾ ਚੁੱਕੇ ਆ ਇਸ ਕਰਕੇ ਉਹਨਾਂ ਨਾਲ ਸਬਜ਼ੀਆਂ ਸਿੱਖ ਲੈਣੇ ਮੋਦੀ ਨਲਾਂ ਤਾਂ ਪਾ ਦੇਗੇ ਤੂੰ ਕਦੋਂ ਸਿੱਖ ਲਿਆ ਫੁਲਕਾ ਗੋਲ ਕਰਨਾ ਚੱਲ ਇਹ ਤਾਂ ਧਰਨੇ 'ਚ ਸਿੱਖ ਗਏ। ਕਦਾਂ ਸਿੱਖ ਲਿਆ ਜੀ? ਪਹਿਲਾਂ ਪਹਿਲਾਂ ਸਿੱਖਦੇ ਕਰ ਤੇ ਪਕਾਉਂਦੇ ਰਹੇ ਰੋਟੀਆਂ। ਅੱਛਾ। ਹਾਂ। ਚਲੋ ਇਹ ਵੀ ਚੰਗੀ ਗੱਲ ਆ ਭਾਈ ਕੰਮ ਸਾਰੀ ਆਉਣੇ ਚਾਹੀਦੇ ਆ। ਹੁਣ ਜੇ ਬੀਬੀਆਂ ਟਰੈਕਟਰ ਚਲਾ ਸਕਦੀਆਂ ਤਾਂ ਫਿਰ ਬਾਈ ਯਰਗੇ ਵੀ ਫਿਰ ਵੇਲਣਾ ਫੜ ਸਕਦੇ। ਕੋਈ ਆ ਮੁੰਡੇ ਕੋਲੇ ਪਹਿਲੀ ਹੈਣੀਗੀ। ਫਿਰ ਵੀ ਆਪਣੀ ਦੁਕਾਨ ਛੱਡ ਕੇ ਸਾਡੇ ਨਾਲ ਆਇਆ ਤਾਂ ਮੈਂ ਜਾਣਾ ਹੀ ਜਾਣਾ। ਅੱਛਾ। ਸਵੇਰ 6 ਵਜੇ ਨੂੰ ਰੈਡੀ ਸੀਗਾ ਇਹ ਮੁੰਡਾ। ਯਾਰ ਅੱਗੇ ਆ ਬਾਈ ਕੀ ਨਾਮ ਤੇਰਾ? ਮਨਪ੍ਰੀਤ ਸਿੰਘ ਜੀ। ਮਨਪ੍ਰੀਤ? ਹਾਂ ਜੀ। ਤੇ ਕਿ ਹਾਂ ਜੀ ਆਏ ਹਾਂ ਹਾਂ ਜੀ ਹੁਣ ਡਟਿਆਂ ਪੁਰਾ ਹਾਂ ਜੀ ਫੋਲੀ ਅੱਛਾ ਤੇ ਫਿਰ ਦੁਕਾਨ ਦਾ ਕੰਮ ਕੌਣ ਦੇਖੂ ਬਸ ਦੁਕਾਨ ਦੇ ਬਸ ਹੀ ਹੈਗੇ ਮੇਰਾ ਛੋੜਾ ਵੱਡਾ ਪਰ ਹੈਗੇ ਤੇ ਡੜੀ ਹੈ ਗਈ ਕਰੀ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਬਾਈ ਮੈਨ ਜਿਹੜੀ ਬਹੁਤ ਗੱਲ ਕਹੀ ਹੈ ਨਾ ਤੁਹਾਨੂੰ ਥੋੜਾ ਮੋਟਾ ਬਣਾ ਲਿਆ ਕਰੋ ਜਵਾਕਾਂ ਦੀ ਤਾਂ ਤੁਸੀਂ ਬਾਜ਼ ਹੀ ਆਹ ਦੇਖਣਾ ਨਿਕਲ ਦੇਣੀ ਯਾਰ ਅੱਜ ਤੋਂ ਤਾਂ ਹਾਂ ਜੀ ਆ ਜਾ ਬਾਈ ਆ ਜਾ ਸਾਰੇ ਜਿਹੜੇ ਸੰਗ ਪਿੰਡੋਂ ਤੁਰੇ ਸੀ ਉਦੋਂ ਥੋੜੇ ਸੰਘ ਜੀ ਜਦੋਂ ਅਸੀਂ ਬਠਿੰਡੇ ਆ ਕੇ ਉਤਰੇ ਉੱਥੇ ਬਹੁਤ ਕਿਸਾਨ ਸੀ ਉਦੋਂ ਇਹਨਾਂ ਦਾ ਹੌਸਲਾ ਹੋ ਗਿਆ ਵੀ ਸਾਡੇ ਦਾ ਜੀ ਲੱਗ ਗਿਆ ਜਦੋਂ ਗਾ ਮਾਨਸਾ ਤੋਂ ਗੱਡੀ 'ਚ ਚੜਨ ਉਹਨਾਂ ਥਾ ਰਿਆ ਉਦੋਂ ਫਿਰ ਜਦੋਂ ਇੱਥੇ ਆ ਕੇ ਉਤਰ ਕੇ ਇਹ ਮੇਲੇ ਹੀ ਲੱਗੇ ਆ ਕੇ ਮੋਜਾਂ ਹੀ ਬਣੀਆਂ ਜੀ ਹੁਣ ਇਹਨਾਂ ਦੇ ਜੀ ਲੱਗੇ ਆ ਵਧੀਆ ਇਹਨਾਂ ਨੂੰ ਘੁਮਾ ਕੇ ਲਿਆਂਦਾ ਠਿਕਰੀ ਬਾਰਡਰ ਤੇ ਜਾ ਕੇ ਆਏ ਆ ਅਸੀਂ ਤੇ ਸਾਡੇ ਪ੍ਰਧਾਨ ਜੀ ਕੋਲੇ ਵੀ ਮਿਲ ਕੇ ਆਏ ਆ ਤੇ ਜੋ ਸਾਡਾ ਸੰਘਾਰਸ਼ ਜਿੰਨਾ ਜਰ ਕਾਨੂੰਨ ਰੱਦ ਨਹੀਂ ਹੁੰਦੇਗੇ ਉਹਨਾਂ ਜੇ ਸਾਡਾ ਸਮਾਨ ਵੇਖੋ ਸਾਰਾ ਇੱਥੇ ਵਾਧੂ ਆ ਜੀ ਆ ਜਾ ਬਾਈ ਆ ਜਾ ਸਮਾਨ ਤਾਂ ਵਾਧੂ ਆ ਹਾਂ ਜੀ ਥੋੜੇ ਬੰਦਿਆਂ ਨੂੰ ਮੈਂ ਨਾ ਐ ਉਹ ਜਿਵੇਂ ਗਿੱਧੇ 'ਚ ਨਹੀਂ ਕਈ ਵਾਰੀ ਬਾਹੋਂ ਫੜ ਕੇ ਖਿੱਚਣਾ ਪੈਂਦਾ ਹੁੰਦਾ ਬੁੜੀਆਂ ਨੂੰ ਐ ਖਿੱਚਣੇ ਪੈਂਦੇ ਮਿੰਦੇ ਥੋੜੇ ਹਜੇ ਖੋਲਣੇ ਆ ਆਪਾਂ ਕੀ ਨਾਮ ਬਾਈ ਰਵੀ ਕੁਮਾਰੀ ਰਵੀ ਕੁਮਾਰ ਬਾਈ ਮੋਰਚਾ ਕਿਵੇਂ ਆ ਫਤੇ ਜੀ ਫਤੇ ਕਰਕੇ ਜਾਵਾਂਗੇ ਹੈ ਫਤੇ ਕਰਕੇ ਜਾਵਾਂਗੇ ਕਿਹੜਾ ਚੰਗਿਆੜਾ ਕਢਾ ਕੇ ਜਾਣਾ ਬੁਰਾ ਮੋਰਚਾ 'ਚ ਘਾੜਾ ਕਢਾਵਾਂਗੇ ਜੀ ਹਾਂ ਜੀ ਇੱਥੇ ਆ ਤੜਕੇ ਤੁੜਕੇ ਜੇ ਲਾਈ ਜਨੇ ਆਪ ਹੀ ਮਟਰ ਮੂਟਰੀ ਦੇਖੇ ਗੱਟ ਕੇ ਪੂਰਾ ਕੰਮ ਜੀ ਕੋਈ ਪਰਵਾਹ ਹੀ ਨਹੀਂ ਜੀ ਸਭ ਕੋ ਜਾਣਦੇ ਆ ਅੱਛਾ ਹਾਂ ਸੌਣ ਸੂਣ ਚ ਇੱਥੇ ਕੋਈ ਐਂ ਦਿੱਕਤ ਨਹੀਂ ਜੀ ਜਿਵੇਂ ਘਰੇ ਪਏ ਉਹ ਜਿਵੇਂ ਇੱਥੇ ਪਏ ਆ ਹਾਂ ਹਾਂਜੀ ਨਹੀਂ ਘਰ ਨਾਲ ਉਹ ਤਾਂ ਚੰਗੀ ਪਏ ਆ ਘਰ ਉੱਥੇ ਦਾ ਤੜਕੇ ਓਟਕੇ ਘਰ ਵਾਲੀਆਂ 100 100 ਚੀਜ਼ਾਂ ਗਿਣੌਂਦੀਆਂ ਵੀ ਆ ਕਰਨ ਵਾਲਾ ਹਾਂਜੀ ਹਾਂਜੀ ਹਾਂ ਵਧੀਆ ਜੀ ਆ ਬਾਈ ਦਾ ਤਾਂ ਜੀ ਨਹੀਂ ਲੱਗਦਾ ਹਮ ਸਾਰਾ ਲੱਗਦਾ ਜੀ ਸਭ ਵੈਲਕਮ ਆ ਸਾਰੇ ਉਹ ਘਰੇ ਕਿਹਣਾ ਮੈਂ ਹਾਂ ਨਹੀਂ ਚਲੋ ਵਧੀਆ ਕਰਦੀ ਆ ਆਪਦਾ ਮਹੱਤਵ ਆ ਮੈਂ ਤਾਂ ਇਹ ਗੱਲ 'ਚ ਅਸੀਂ ਬਾਈ ਇਹ ਸਾਡਾ ਪਾਸਾ ਹੈਗਾ ਅਸਲ 'ਚ ਸਾਡੇ ਵਾਲੇ ਜਿਹਨੂੰ ਇੱਕ ਸ਼ਬਦ ਨਹੀਂ ਉਹ ਇਹ ਆ ਆ ਮਾਲਵਾ ਕੋਰ ਮਾਲਵਾ ਮਾਨਸਾ ਬਠਿੰਡਾ ਮੁਕਤਸਰ ਫਰੀਦਕੋਟ ਅਬਰਨਾਲਾ ਸੰਗਰੂਰ ਆ ਕੋਰ ਮਾਲਵਾ ਤੁਸੀਂ ਇੱਥੇ ਯਾਰ ਕਦੇ ਬੰਦਿਆਂ ਨੂੰ ਮਿਲ ਕੇ ਦੇਖਿਓ ਧਰਮਣਾ ਨਾ ਤੁਹਾਨੂੰ ਉਹੀ ਮੋਲ ਲੈਣਗੇ ਜਿਹਨੂੰ ਮਤਲਬ ਇਹੋ ਜਿਹੇ ਬੰਦੇ ਆ ਤੁਸੀਂ ਚਾਰ ਵਾਰੀ ਬਾਈ ਬਾਈ ਕਹਦੇ ਹੋ ਤਾਂ ਮੜ ਕੇ ਆਪ ਹੀ ਵੱਢ ਲਿਓ ਭਾਵੇਂ ਐ ਖੜਨ ਵਾਲੇ ਆ ਆ ਮਾਲਵਾ ਆ ਸਾਡੀ ਜਿੰਦ ਜਾਨ ਆ ਤੇ ਮਾਣ ਆ ਵੀ ਇਹ ਇਹ ਮਿੱਟੀ 'ਚ ਪੈਦਾ ਹੋਏ ਆ ਆਪਾਂ ਹੈ ਸਾਰਾ ਹੀ ਪੰਜਾਬ ਵਧੀਆ ਪਰ ਆਪਣੇ ਵਾਲੇ ਦਾ ਬੜੇ ਗੈਂਡਾ ਯਾਰ ਨਹੀਂ ਜੋ ਸਾਨੂੰ ਇਹ ਮੋਦੀ ਸਾਹਿਬ ਕਹਿੰਦੇ ਵੀ ਅਨਪੜ੍ਹ ਲੋਕ ਇਕੱਠੇ ਹੋਏ ਆ ਕੱਲ ਡੱਲੇ ਵਾਲਾ ਸਾਹਿਬ ਨਾਲ ਉਹਨਾਂ ਦੀ ਹੋਈ ਵੇਖੋ ਉਹਦੇ ਮੂਰੇ ਉਹਨੂੰ ਗੱਲ ਨਹੀਂ ਕਰਨੀ ਆਈ ਜੀ ਜੇ ਜੇ ਪ੍ਰਧਾਨ ਮੰਤਰੀ ਨੂੰ ਆਦਾ ਉਧਦਾ ਹੀ ਛੱਡ ਦੇਣਾ ਚਾਹੀਦਾ ਸੰਗ ਹੋਣੀ ਚਾਹੀਦੀ ਜਿੰਨਾ ਬੰਦੇ ਨੂੰ ਆਂਦਾ ਹੀ ਅਨਪੜਾ ਉਹਨਾਂ ਬੰਦਾ ਮੂਰੇ ਇਹਨੂੰ ਗੱਲ ਹੀ ਨਹੀਂ ਕੀਤੀ ਗਈ ਗੀ ਗੱਲ ਵੇਖੋ ਤੁਸੀਂ ਉਹਦੇ ਇਹਨਾਂ ਦੇ ਨਾਲ ਇੰਟਰਵਿਊ ਹੋਈ ਆ ਤੇ ਜਿਹੜਾ ਜਿਹਨਾਂ ਲੋਕਾਂ ਨੂੰ ਆਦੇ ਨਸ਼ੇੜ ਹੀ ਆ ਇਹਨਾਂ ਨੇ ਡੇਟ ਟਿੱਬਰਾ ਨਾਲ ਜਿਹੜੇ ਸੜਕਾਂ ਪੱਟੀਆਂ ਸੀਗਾ ਤੇ ਉਹ ਪੰਜਾਬ ਦੇ ਨੌਜਵਾਨਾਂ ਨੇ ਹੱਥਾਂ ਨਾਲ ਹੀ ਪੂਰਤੀ ਕੋਈ ਕਿਰਾਇਆ ਨਹੀਂ ਸੀ ਕੋਈ ਕੁਝ ਨਹੀਂ ਸੀ ਹੱਥਾਂ ਨਾਲ ਹੀ ਉਹ ਪੂਰ ਕੇ ਬੈਰੀਕੇਡ ਤੋੜ ਕੇ ਕਹਿੰਦੇ ਇੱਥੋਂ ਤਾਂ ਹੀ ਅਸੀਂ ਮੂਰੇ ਆਹ ਤਾਂ ਬਾਈ ਵਾਲੀ ਗੱਲ ਕੋ ਕਹਿੰਦੇ ਸਰਕਾਰ ਕੇ ਨਹੀਂ ਭੋ ਨੇ ਪਤਾ ਕਿਉਂ ਨਹੀਂ ਸਭ ਪਤਾ ਹੀ ਇਹ ਬਣਾਉਂਦੇ ਆ ਮੂਰਖੀ ਇਹ ਇਹ ਮੋਦੀ ਸਰਕਾਰ ਦੇ ਦੇ ਜੋ ਹੈਗੇ ਆ ਪੰਜ ਚਾਰ ਹੀ ਅਡਾਨੀ ਵਾਡੇ ਆਣ ਕੇ ਇਹ ਬਣਾਉਂਦੇ ਆ ਮੂਰਖੀ ਆ ਬਾਈ ਖੜਾ ਕਹਿਣਾ ਕੋਸਾ ਬਸ ਕਹਿਤਾ ਜੀ ਕਹਿਤਾ ਜੀ ਉਹ ਕੋਈ ਗੱਲ ਨਹੀਂ ਮੁਰਕੇ ਮੈਨੂੰ ਪ੍ਰਵੀਨ ਲੰਬੇ ਦਊਗਾ ਵੀ ਮੇਰੇ ਪਿੰਡ ਵਾਲਿਆਂ ਦਾ ਕੋਈ ਬੰਦਾ ਛੜਦਾ ਮੋਦੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਲੈ ਲੈ ਮਾਫ਼ ਸਾ ਇਹ ਫੁੱਫੜ ਵੀਰੇ ਖੜਾ ਮੋਦੀ ਦਾ ਇਹ ਤਾਂ ਸਾਨੂੰ ਬਾਲਾ ਫਿਕਰਾ ਇਹ ਤਾਂ ਮੈਂ ਤਾਂ ਜਾਣਦਾ ਨਹੀਂ ਹੁਣ ਚਲ ਤੇ ਹੁਣ ਤੁਸੀਂ ਆਪ ਦੇਖੋ ਮੋਦੀ ਤਾਂ ਮੇਰੀ ਗੱਲ ਪਚਾ ਦਿਓ ਆਹਦਾ ਜੀ ਮੋਦੀ ਸਾਹਿਬ ਜੇ ਅਸੀਂ ਬਚੂੜ ਕੇ ਖਤਮ ਕਰਤੇ ਸਾਡੀ ਬਚੂੜੀਆਂ ਤਾਂ ਆਪਣਾ ਕਰਾਂ ਕੀ ਆਰਥਿਕ ਸਾਡੇ ਬਚੂੜ ਕੀ ਹੈ ਅਸੀਂ ਉਹਨਾਂ ਨਾਲ ਸਰਬੰਦ ਆ ਸਾਡਾ ਤੇ ਅਸੀਂ ਪੈਸਾ ਲਾਵਾਂ ਕਿੱਥੋਂ ਆਰਥੀਆ ਪਰਦਾ ਹੁੰਦਾ ਪਰਦਾ ਜੀ ਪਰਦਾ ਫਿਰ ਹੁਣ ਕਰਾਂ ਅਸੀਂ ਹਿੰਦੂ ਆ ਜੀ ਪਹਿਲਾਂ ਸਾਡੇ ਕੋਲੀ ਮਾਰਨ ਅਸੀਂ ਤਿਆਰ ਆਹੀ ਤਾਂ ਅਸੀਂ ਸਮਝਾਉਣਾ ਚਾਹੁੰਦੇ ਆ ਵੀ ਪੰਜਾਬ ਉਹਵੇਂ ਨਹੀਂ ਹੈਗਾ ਯਾਰ ਭਾਈ ਜੇ ਮੈਂ ਦੂਜੀਆਂ ਥਾਵਾਂ ਅਿੱਥੇ ਸਭ ਤੋਂ ਵੱਡਾ ਧਰਮ ਖੇਤੀ ਆ। ਅਸੀਂ ਸਾਰੇ ਪਹਿਲਾਂ ਜ਼ਿਮੀਦਾਰ ਆ ਵਜਾ ਵਾਲੇ। ਬਾਕੀ ਜਿੰਦਾਂ ਦਾ ਯਾਰ ਬਹੁਤ ਪਿੱਛੇ ਰਹਿ ਜਾਂਦੀਆਂ। ਮਿੱਟੀ ਨੂੰ ਮਤਲਬ ਜਿੰਨਾ ਸਤਕਾਰ ਜਾਂ ਜਿਹੜੀ ਇਬਾਦਤ ਪੰਜਾਬ ਦੇ ਕਿਸਾਨ ਕਰਦੇ ਆ ਉਹ ਹੋਰ ਸਟੇਟਾਂ ਇਹਨੂੰ ਨਹੀਂ ਸਮਝ ਸਕਦੀਆਂ ਉਵੇਂ। ਇਹ ਉਹੀ ਸੀਗੇ ਜਿਹੜੇ ਦੇਸ਼ ਦੀਆਂ ਹੱਦਾਂ ਤੇ ਵੀ ਖੜਦੇ ਆ, ਇਹ ਉਹੀ ਆ ਜਿਹੜੇ ਖੇਤਾਂ 'ਚ ਵੀ ਫਿਰਦੇ ਆ ਤੇ ਇਹ ਵੀ ਉਹੀ ਉਹੀ ਆ ਨਾ ਇਹ। ਜਿਹੜੇ ਹੁਣ ਇੱਥੇ ਧਰਨੇ ਤੇ ਆਏ ਆ ਤੇ ਸਾਰਿਆਂ ਦੀ ਬਸ ਕਰਾ ਕੇ ਜਾਣਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਸਾਹਮਣੇ ਜਿਉਂਦੇ ਵੱਸਦੇ ਰਹੋ ਪੰਜਾਬ ਜਿੰਦਾਬਾਦ ਹੈ ਜਵਾਨੀ ਜਿੰਦਾਬਾਦ ਹੈ